ਸਤਿ ਸ਼੍ਰੀ ਅਕਾਲ ਜੀ ਪਿੱਤੇ ਦਿਨੀ ਰਾਜਵੀਰ ਕੌਰ ਦੀ ਮੈਰਿਜ ਹੋਈ ਹੈ ਅਤੇ ਆਪਣੇ ਵਿਆਹ ਤੋਂ ਬਾਅਦ ਰਾਜਵੀਰ ਕੌਰ ਲਗਾਤਾਰ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੀ ਦਿਖਾਈ ਦੇ ਰਹੀ ਹੈ ਉਸ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਪਰ ਇੱਕ ਵੀ ਵੀਡੀਓ ਦੇ ਵਿੱਚ ਉਸ ਨੇ ਆਪਣੇ ਹਸਬੰਡ ਦਾ ਫੇਸ ਰਵੀਲ ਨਹੀਂ ਕੀਤਾ ਉੱਥੇ ਹੀ ਤੁਹਾਨੂੰ ਦੱਸ ਦਈਏ ਕੁਝ ਕ ਇੰਸਟਾਗ੍ਰਾਮ ਪੇजेस ਦੇ ਵੱਲੋਂ ਰਾਜਵੀਰ ਕੌਰ ਦੀ ਇੱਕ ਮੈਰਿਜ ਪਿਕਚਰ ਸ਼ੇਅਰ ਕੀਤੀ ਜਾ ਰਹੀ ਹੈ ਉਹ ਤਸਵੀਰ ਤੁਸੀਂ ਸਕਰੀਨ ਦੇ ਉੱਪਰ ਵੀ ਵੇਖ ਸਕਦੇ ਹੋ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਜਿੱਥੇ ਕੁਝ ਲੋਕ ਇਸ ਤਸਵੀਰ ਨੂੰ ਰੀਅਲ ਕਹਿ ਰਹੇ ਨੇ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਫੇਕ ਤਸਵੀਰ ਹੈ ਇਹ ਤਸਵੀਰ ਐਡੀਟਿੰਗ ਕਰਕੇ ਬਣਾਈ ਗਈ ਹੈ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਰਾਜਵੀਰ ਕੌਰ ਨੇ ਆਖਿਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਸਟੋਰੀ ਪਾਈ ਜਿੱਥੇ ਉਸ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ ਸੀ ਦੀ ਆਪਣੇ ਹਸਬੰਦ ਦੀ ਪਿਕ ਕਦੋਂ ਦਿਖਾਓਗੇ ਤਾ ਰਾਜਵੀਰ ਕੌਰ ਨੇ ਕਿਹਾ ਮੈਰਿਜ ਵਾਲੀਆਂ ਪਿਕਸ ਹਲੇ ਆਈਆਂ ਨਹੀਂ ਜਦੋਂ ਆਉਗੀਆਂ ਉਦੋਂ ਕਰਾਂਗੇ ਅਪਲੋਡ ਜ਼ਰੂਰ ਫਿਰ ਇਸ ਤੋਂ ਸਾਫ਼ ਪਤਾ ਚੱਲ ਰਿਹਾ ਹੈ ਕਿ ਰਾਜਵੀਰ ਕੌਰ ਨੇ ਆਪਣੇ ਵੱਲੋਂ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ ਇਹ ਤਸਵੀਰ ਇੱਕ ਐਡੀਟਿੰਗ ਹੋ ਸਕਦੀ ਹੈ ਕਿਉਂਕਿ ਅਗਰ ਇਹ ਤਸਵੀਰ ਰੀਅਲ ਹੁੰਦੀ ਤਾਂ ਰਾਜਵੀਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸਾਡੇ ਨਾਲ ਸਾਂਝੀ ਕਰਨੀ ਸੀ ਹਾਲਾਂਕਿ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਮੈਰਿਜ ਪਿਕਸ ਨੂੰ ਦੇ ਬਾਅਦ ਆਪਣੇ ਹਸਬੰਡ ਦੀ ਪਿਕ ਸਾਡੇ ਨਾਲ ਰਿਵੀਲ ਕਰੇਗੀ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ